सो असी सुल्तानपुर लोधी की पवित्र धरती से आ गए हैं और अज संत सीचेवाल उन्होंने गलबात करा उन्होंने सीचेवाल मॉडल की और इस वेई को साफ किवें किया गया क्योंकि बड़ी जद्दोजहद की लोगों ने सरकार ने रुकावटा पाने की कोशिश की लेकिन बाबा जी ने लगातार इस कोशिश रहे कि आखिर किवें इस वेई को पानी को साफ किया जाए। लगभग 14 साल 9 महीने गुरु नानक देव जी सुल्तानपुर लोधी रहे और इसे जी वेई के उन्होंने जो डुबकी लगाई सी उस तो बाद मूल मंत्र की रचना इतने हुई सी। सो सिखा लिए कि पवित्र सिखा के नाल गुरु नानक नाम लेवा संगत जी है उन्होंने कि पवित्र ये जगह है उसका अंदाजा ला सकते हैं। 2007 में शुरुआत की थी और की हालात से इस वेई के और अज कि फर्क पिया असी देखा ने पानी हालात की सारी रिकॉर्डिंग हुई है कि ये जरा है सारे पिंड शहर का गंदा पानी पैंता सी ते बरसातां नूं पानी वगदा सी मगरों ये सुकड़ जांदी सी ते सारे गंदे पानी पैण करके इहदे विच जिहड़े जलचर जीव खत्म हो गए सी ते जिहड़ी हाईथेंस बूटी नाल भरी हुई सी नजायज कब्जे सी। सो जिहड़ा भी कोई गुरु नानक नाम लेवा संगतां इत्थे आउंदियां सी ओह नाराज़ हो के मुड़दियां सी क्योंकि इहदे विच लोक पहलां इशनान करिया करदे सी इत्थे आण के सुखां सुखदे सी पर जदों तों गंदे पानी पैण लग पए ਉਦੋਂ ਤੋਂ ਲੋਕ ਫਿਰ ਉੱਥੇ ਸਰੋਵਰ ਬਣਾ ਦਿੱਤਾ ਗੁਰਦੁਆਰਾ ਬੇਰ ਸਾਹਿਬ ਜੇ ਉਦੋਂ ਇਹ ਜਦੋਂ ਜਾਇਦ ਹੁੰਦੀ ਇਹਦੇ ਉੱਤੇ ਗੱਲ ਹੁੰਦੀ ਮੁੱਦਾ ਉੱਠਦਾ ਤਾਂ ਹੋ ਸਕਦਾ ਉਦੋਂ ਗੰਦੇ ਪਾਣੀ ਨਾ ਪੈਂਦੇ ਅਤੇ ਇੱਥੋਂ ਤੱਕ ਨੌਬਤ ਨਾ ਆਉਂਦੀ ਪਰ ਉਸ ਵੇਲੇ ਉਹ ਗੱਲ ਪਤਾ ਨਹੀਂ ਕਿੱਦਾਂ ਨਹੀਂ ਚੁੱਕੀ ਗਈ ਜਾਂ ਉਸ ਵੇਲੇ ਕਿੱਦਾਂ ਅਚਾਨਕ ਪਾਣੀ ਗੰਦੇ ਪੈਣੇ ਸ਼ੁਰੂ ਹੋਏ। ਅੱਛਾ ਸੰਜੀਵ ਜਿਹਦੇ ਨਾਲ ਇਹ ਹਾਲਾਤ ਬਣੇ ਇਹਦੀ ਪਵਿੱਤਰ ਜਿਹੜੀ ਹੈ ਬੜੀ ਮੁਕੱਦਸ ਜਗ੍ਹਾ ਹੈ ਇਹਦੀ ਕੀ ਇੰਪੋਰਟੈਂਸ ਹੈ ਸਿੱਖ ਇਤਿਹਾਸ ਵਿੱਚ ਅਤੇ ਗੁਰੂ ਨਾਨਕ ਦੇਵ ਜੀ ਇੱਥੇ ਰਹੇ ਨੇ ਤੁਸੀਂ ਦੱਸ ਰਹੇ ਸੀ ਕਿ ਮੂਲ ਮੰਤਰ ਦੀ ਰਚਨਾ ਇੱਥੇ ਹੋਈ ਸੀ ਉਸ ਬਾਰੇ ਦੱਸੋ। ਗੁਰੂ ਨਾਨਕ ਪਾਤਸ਼ਾਹ ਦੀ ਇੱਥੇ ਵੱਡੀ ਭੈਣ ਬੇਬੇ ਨਾਨਕੀ ਵਿਆਹੀ ਹੋਈ ਸੀ ਅਤੇ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਉਹ ਜਿਹੜੇ ਸੀਗੇ ਉਹਨਾਂ ਦੇ ਭਾਈ ਆ ਜੈ ਰਾਮ ਉਹ ਸਰਕਾਰੀ ਨੌਕਰੀ ਕਰਦੇ ਸੀ ਉਸ ਵੇਲੇ ਉਹਨਾਂ ਨੇ ਇਹਨਾਂ ਨੂੰ ਇੱਥੇ ਲੈ ਆਉਂਦਾ ਅਤੇ ਇਹਨਾਂ ਦੀ ਮੋਦੀਖਾਨੇ ਵਿੱਚ ਉਹਨਾਂ ਨੂੰ ਨੌਕਰੀ ਦੇ ਦਿੱਤੀ ਸਮਝ ਲਓ ਉਸ ਵੇਲੇ ਫੂਡ ਸਪਲਾਈ ਦਾ ਜਿਹੜਾ ਮਹਿਕਮਾ ਸੀ ਤਾਂ ਬਾਬੇ ਨਾਨਕ ਨੇ ਜੋ ਸੀਗੇ ਆਪਣੇ ਰੂਹਾਨੀਅਤ ਦੇ ਜਿਹੜੇ ਸੀਗੇ ਭਰੇ ਸੀ ਉਹਨਾਂ ਨੇ ਮੋਦੀਖਾਨੇ ਨੂੰ ਚਲਾਇਆ ਜਿਹਦੀ ਪ੍ਰਸ਼ੰਸਾ ਹੋਈ ਫਿਰ ਉਹਨਾਂ ਦੇ ਉੱਤੇ ਇਲਜ਼ਾਮ ਵੀ ਲੱਗੇ ਉਹ ਜਦੋਂ ਵੀ ਇਹ ਤੁਹਾਡੇ ਮੋਦੀਖਾਨੇ ਨੂੰ ਲੁਟਾਉਂਦੇ ਆ ਜਦੋਂ ਸਾਫ਼ ਕੀਤਾ ਤਾਂ ਉਹਨਾਂ ਦੇ 600 ਤੋਂ ਉੱਪਰ ਪੈਸੇ ਮੋਹਰਾਂ ਉਸ ਵੇਲੇ ਜਿਹੜੀਆਂ ਸੀ ਨਹੀਂ ਵਧੀਆ ਚਲੇ ਪਹਿਲਾਂ ਕਹਿ ਰਹੇ ਸੀ ਉਹ 13-13 ਤੋਲਦੇ ਸਭ ਕੁਝ ਦੇ ਦਿੰਦੇ ਹਾਂ ਪਰ ਜਦੋਂ ਫਿਰ ਉਹਨੂੰ ਕਹਿੰਦੇ ਵੀ ਤੁਸੀਂ ਨੌਕਰੀ ਕਰੋ ਕਹਿੰਦੇ ਹੁਣ ਮੈਂ ਤਾਂ ਅੱਲਾ ਦੀ ਪਰਮੇਸ਼ਰ ਵਾਹਿਗੁਰੂ ਦੀ ਨੌਕਰੀ ਕਰੂੰਗਾ ਫਿਰ ਉਹਨਾਂ ਨੌਕਰੀ ਨਹੀਂ ਕੀਤੀ ਫਿਰ ਉਹ ਇਸ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਇੱਥੇ ਆਇਆ ਕਰਦੇ ਸੀ ਇੱਕ ਦਿਨ ਪਵਿੱਤਰ ਵੇਈ ਦੇ ਵਿੱਚ ਉਹਨਾਂ ਨੇ ਟੁੱਬੀ ਲਾਈ 3 ਦਿਨ ਅਲੋਪ ਰਹੇ ਤੀਸਰੇ ਦਿਨ ਗੁਰਦੁਆਰਾ ਸੰਤ ਘਾਟ ਇੱਥੋਂ ਪ੍ਰਗਟ ਹੋਏ ਅਤੇ ਉਹਨਾਂ ਨੇ ਰੱਬੀ ਬਾਣੀ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਨ ਗੁਰਪ੍ਰਸਾਦ ਇਹ ਰੱਬੀ ਬਾਣੀ ਉਚਾਰਨ ਕੀਤੀ। ਸਿੱਖ ਇਤਿਹਾਸ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰੱਬੀ ਬਾਣੀ ਦਾ ਆਗਮਨ ਦਾ ਇਹ ਪਵਿੱਤਰ ਸਥਾਨ ਆ ਜਿਹੜੇ ਬਾਬੇ ਨਾਨਕ ਦੇ ਇਸ ਨੂੰ ਨਵਾਜਿਆ। ਸੋ ਦੋ ਥਾਵਾਂ ਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਸਭ ਤੋਂ ਵੱਧ ਰਹੇ ਇੱਕ ਗੁਰਦੁਆਰਾ ਕਰਤਾਰਪੁਰ ਜਿੱਥੇ ਪਾਕਿਸਤਾਨ ਦੇ ਵਿੱਚ ਅਤੇ ਦੂਸਰਾ ਸੁਲਤਾਨਪੁਰ ਲੋਧੀ ਬਾਕੀ ਜ਼ਿਆਦਾ ਸਮਾਂ ਉਹ ਅਦਾਸੀਆਂ ਦੇ ਵਿੱਚ ਸਮਾਜ ਸੰਸਾਰ ਨੂੰ ਤਾਰਦੇ ਹੋ ਰਹੇ। ਸੋ ਇਹ ਸਿੱਖ ਇਤਿਹਾਸ ਦੇ ਵਿੱਚ ਇਹਦੀ ਅਹਿਮ ਥਾਂ ਵਾ ਅਤੇ ਹਰ ਗੁਰਸਿੱਖ ਦੇ ਹਿਰਦੇ ਦੇ ਵਿੱਚ ਕਿਉਂਕਿ ਜਿੱਥੇ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਪੈ ਗਏ ਇਹ ਚਰਨਾਮਤ ਆ ਸਾਡੇ ਵਾਸਤੇ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਤੋਂ ਚਰਨ ਵੱਡੇ ਕਿਸੇ ਦੇ ਹੋ ਨਹੀਂ ਸਕਦੇ। ਸਿੱਖ ਇਤਿਹਾਸ ਵਿੱਚ ਬੜੀ ਇਹਦੀ ਮਹਾਨਤਾ ਇਸੇ ਕਰਕੇ ਇਹ 2000 ਤੋਂ ਸੇਵਾ ਦਾ ਕਾਰਜ ਸ਼ੁਰੂ ਹੋਇਆ ਪਹਿਲੇ ਇਹਦੇ 'ਚ ਬੂਟੀ ਕੱਢਣੀ ਸ਼ੁਰੂ ਕੀਤੀ ਫਿਰ ਇਹਦੇ ਤਲ ਨੂੰ ਡੂੰਘਾ ਕੀਤਾ ਗਿਆ ਇਹਦਾ ਰੀਚਾਰਜਿੰਗ ਸਿਸਟਮ ਖੋਲ੍ਹਿਆ ਗਿਆ ਉਸ ਵੇਲੇ ਇੱਥੇ ਪਾਣੀ ਜਿਹੜਾ ਬਹੁਤ ਥੱਲੇ ਜਾ ਰਿਹਾ ਸੀ ਹੁਣ ਜਦੋਂ ਤੋਂ ਪਾਣੀ ਇਹਦੇ ਵਿੱਚ ਸ਼ੁਰੂ ਹੋਇਆ ਹੁਣ ਪਾਣੀ ਇਹਦਾ ਉੱਪਰ ਆ ਰਿਹਾ ਤੋ ਇਹ ਜਿਹੜੇ ਸਰਕਾਰੀ ਅੰਕੜੇ ਉਹਨਾਂ ਅਨੁਸਾਰ।